ਜਿਵੇਂ ਪਤਾ ਹੀ ਆਪਾਂ ਸਭ ਨੂੰ ਕਿ ਅੱਜ ਦੀ ਜਿਹੜੀ ਵਰਕਸ਼ਾਪ ਹੈਗੀ ਆ ਉਹ ਹੈ ਕਿ ਪਬਲਿਕ ਸਪੀਕਰ ਜਾਂ ਜੋ ਵੀ ਸਪੀਕਰ ਹੈ ਉਹਦੇ ਬਾਰੇ ਚ ਉਹਨਾਂ ਨੇ ਕੀ ਬੋਲਣਾ ਹੈ ਔਰ ਕਿਹੜੀਆਂ ਚੀਜ਼ਾਂ ਹੈ ਜਿਹੜੀਆਂ ਉਹਨਾਂ ਦਾ ਕਿਹੜੀਆਂ ਗੱਲਾਂ ਹੈ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ। ਜਿਵੇਂ ਜਸਵਿੰਦਰ ਮੈਮ ਨੇ ਕੁਝ ਗੱਲਾਂ ਨੇ ਜਿਹੜੀਆਂ ਉਹ ਸਟੇਜ ਸਕੱਤਰ ਦੇ ਬਾਰੇ ਚ ਕਹੀਆਂ, ਬਹੁਤ ਵਧੀਆ ਗੱਲਾਂ ਸੀ। ਤਾਂ ਮੈਂ ਜੋ ਗੱਲਾਂ ਕੁਛ ਕਿਉਂਕਿ ਇੱਥੇ ਜਿਹੜੇ ਜਿੰਨੇ ਵੀ ਇਸ ਵਰਕਸ਼ਾਪ ਚ ਜੁੜੇ ਹੋਏ ਆ ਉਹ ਆਲਮੋਸਟ ਸਾਰੇ ਟੀਚਰਸ ਨੇ ਜਾਂ ਮੇਰੇ ਤੋਂ ਬਹੁਤ ਵੱਡਾ ਤਜਰਬਾ ਹੈ ਉਹਨਾਂ ਦਾ, ਪਰ ਕੁਝ ਗੱਲਾਂ ਜੋ ਮੈਂ ਐਜ਼ ਅ ਕੋਆਰਡੀਨੇਟਰ ਆਪਣੇ ਸਟੂਡੈਂਟਸ ਦੇ ਨਾਲ ਕਰਦੀ ਹਾਂ ਜਾਂ ਸਟੂਡੈਂਟਸ ਨੂੰ ਜਦੋਂ ਤਿਆਰ ਕਰੀਦਾ ਸਟੇਜ ਦੇ ਲਈ ਤਿਆਰ ਕਰੀਦਾ ਜਾਂ ਆਪ ਵੀ ਬੋਲੀਦਾ, ਤਾਂ ਉਹ ਜਿਹੜੀਆਂ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਜਾਂ ਜੋ ਵੀ ਪੜ੍ਹਿਆ ਹੈ ਉਹ ਕੁਝ ਗੱਲਾਂ ਮੈਂ ਸ਼ੇਅਰ ਕਰਨੀਆਂ ਚਾਹੂੰਗੀ ਇੱਥੇ। ਜਦੋਂ ਅਸੀਂ ਪਬਲਿਕਲੀ ਬੋਲਣ ਲੱਗਦੇ ਹਾਂ ਜਾਂ ਐਜ਼ ਮੈਂ ਕਹਾਂ ਕਿ ਜਦੋਂ ਅਸੀਂ ਕਲਾਸ ਦੇ ਵਿੱਚ ਵੀ ਲੈਕਚਰ ਦੇਣ ਜਾਂਦੇ ਹਾਂ ਤਾਂ ਉੱਥੇ ਵੀ ਅਸੀਂ ਇੱਕ ਪਬਲਿਕ ਸਪੀਕਰ ਹੀ ਹੁੰਦੇ ਹਾਂ। ਤਾਂ ਜੇ ਮੈਂ ਕਲਾਸ ਤੋਂ ਹੀ ਸ਼ੁਰੂ ਕਰਾਂ ਕਿਉਂਕਿ ਮੇਰਾ ਪ੍ਰੋਫੈਸ਼ਨ ਉਹ ਆ, ਅਤੇ ਕਲਾਸ ਤੋਂ ਅਗਰ ਮੈਂ ਸ਼ੁਰੂ ਕਰਾਂ ਅਤੇ ਜਿਸ ਦਿਨ ਮੈਨੂੰ ਆਪਣਾ ਟੋਪਿਕ ਹੀ ਕਲੀਅਰ ਨਹੀਂ ਹੈਗਾ ਤਾਂ ਉਸ ਦਿਨ ਮੈਂ ਆਪਣੇ ਬੱਚਿਆਂ ਨੂੰ ਆਪਣੇ ਸਟੂਡੈਂਟਸ ਨੂੰ ਲੈਕਚਰ ਹੀ ਪ੍ਰੋਪਰ ਡਿਲੀਵਰ ਨਹੀਂ ਕਰ ਸਕਦੀ। ਮੈਨੂੰ ਇਹ ਨਹੀਂ ਪਤਾ ਕਿ ਮੇਰਾ ਥੀਮ ਕੀ ਆ, ਮੇਰਾ ਟੋਪਿਕ ਕੀ ਆ, ਤਾਂ ਮੈਂ ਉਹਦਾ ਕੰਟੈਂਟ ਕਿਵੇਂ ਸਿਲੈਕਟ ਕਰ ਸਕਦੀ ਹਾਂ। ਤਾਂ ਸਭ ਤੋਂ ਪਹਿਲੀ ਗੱਲ ਹੈਗੀ ਕਿ ਜਦੋਂ ਅਸੀਂ ਕੁਝ ਬੋਲਣ ਜਾ ਰਹੇ ਹਾਂ, ਕਿਸੇ ਵੀ ਆਡੀਅੰਸ ਦੇ ਸਾਹਮਣੇ ਬੋਲਣ ਜਾ ਰਹੇ ਹਾਂ, ਤਾਂ ਸਾਨੂੰ ਉਸਦਾ ਵਿਸ਼ਾ ਵਸਤੂ, ਉਸ ਲੈਕਚਰ ਦਾ ਵਿਸ਼ਾ ਵਸਤੂ ਹੈ ਜਿਹੜਾ ਉਹਦਾ ਟੋਪਿਕ ਹੈ, ਉਹ ਸਾਡੇ ਮਾਇੰਡ 'ਚ ਬਿਲਕੁਲ ਕਲੀਅਰ ਹੋਣਾ ਚਾਹੀਦਾ ਕਿ ਵਿਸ਼ਾ ਕੀ ਹੈ, ਮੈਂ ਕਿਹਦੇ 'ਤੇ ਬੋਲਣਾ ਹੈ। ਫਿਰ ਉਹਦੇ ਹਿਸਾਬ ਦੇ ਨਾਲ ਹੀ ਸਾਨੂੰ ਉਹਦਾ ਕੰਟੈਂਟ ਹੈ ਜਿਹੜਾ ਉਹਦਾ ਮਟੀਰੀਅਲ ਹੈ ਉਹ ਸਿਲੈਕਟ ਕਰਨਾ ਪੈਂਦਾ। ਮਟੀਰੀਅਲ ਵੀ ਸਿਲੈਕਟ ਹੋ ਗਿਆ, ਵਿਸ਼ਾ ਵੀ ਸਿਲੈਕਟ ਹੋ ਗਿਆ, ਤਾਂ ਉਸ ਤੋਂ ਬਾਅਦ ਜਿਹੜੀ ਆਡੀਅੰਸ ਹੈ ਉਹ ਵੀ ਬਹੁਤ ਮਾਇਨੇ ਰੱਖਦੀ ਹੈ ਕਿ ਮੈਂ ਕਿਸ ਤਰੀਕੇ ਦੀ ਆਡੀਅੰਸ ਨੂੰ ਐਡਰੈਸ ਕਰਨ ਜਾ ਰਿਹਾ। ਕੀ ਉਹ ਆਡੀਅੰਸ ਨੌਜਵਾਨ ਨੇ, ਕੀ ਉਹ ਆਡੀਅੰਸ ਬੱਚੇ ਨੇ, ਕੀ ਉਹ ਆਡੀਅੰਸ ਬਜ਼ੁਰਗ ਹੈ, ਜਾਂ ਉਹ ਮਿਕਸ ਆਡੀਅੰਸ ਹੈ, ਜਾਂ ਉਹ ਪੜ੍ਹੇ ਲਿਖਿਆਂ ਦੀ ਆਡੀਅੰਸ ਹੈ, ਜਾਂ ਉਹ ਅਨਪੜ੍ਹ ਲੋਕਾਂ ਦੀ ਆਡੀਅੰਸ ਹੈ, ਉਹਨਾਂ ਦੇ ਜਿਹੜੇ ਸਮਝ ਦਾ ਲੈਵਲ ਹੈ ਉਹ ਕੀ ਹੈ। ਕਿਉਂਕਿ ਮੈਨੂੰ ਹੋ ਸਕਦਾ ਬਹੁਤ ਕੁਛ ਪਤਾ ਹੋਏ, ਪਰ ਮੈਂ ਆਪਣਾ ਆਪਣੇ ਗਿਆਨ ਦਾ ਪ੍ਰਦਰਸ਼ਨ ਉੱਥੇ ਨਹੀਂ ਕਰਨਾ। ਮੈਂ ਉੱਥੇ ਜਿਸ ਚੀਜ਼ ਦਾ ਪ੍ਰਦਰਸ਼ਨ ਕਰਨਾ ਉਹ ਇਹ ਹੈ ਕਿ ਜੋ ਮੈਨੂੰ ਨੌਲੇਜ ਹੈ ਉਹ ਉਸ ਆਡੀਅੰਸ ਤੱਕ ਉਹ ਨੌਲੇਜ ਪਹੁੰਚ ਸਕੇ। ਤਾਂ ਜੇ ਮੈਂ ਇੱਕ ਸਪੀਕਰ, ਉਹ ਸਪੀਕਰ ਬਣ ਕੇ ਆਪਣੀ ਆਡੀਅੰਸ ਨੂੰ ਐਡਰੈਸ ਕਰਦੀ ਹਾਂ, ਜਿਹੜੀ ਆਡੀਅੰਸ ਉਸ ਕੰਟੈਂਟ ਨੂੰ ਗ੍ਰਾਸਪ ਕਰ ਸਕੇ, ਉਸ ਕੰਟੈਂਟ ਨੂੰ ਵਧੀਆ ਤਰੀਕੇ ਦੇ ਨਾਲ ਸਮਝ ਸਕੇ, ਤਾਂ ਇਟ ਮੀਨਸ ਮੈਂ ਉਹਨਾਂ ਨੂੰ ਸਮਝਾ ਸਕਾਂ ਉਸ ਕੰਟੈਂਟ ਨੂੰ, ਤਾਂ ਇਟ ਮੀਨਸ ਆਈ ਐਮ ਅ ਗੁੱਡ ਸਪੀਕਰ। ਅਗਰ ਮੇਰੇ ਕੋਲ ਬਹੁਤ ਜ਼ਿਆਦਾ ਨੌਲੇਜ ਹੈ ਅਤੇ ਮੈਂ ਉਸ ਨੌਲੇਜ ਨੂੰ ਉਹਨਾਂ ਤੱਕ ਇੰਪਾਰਟ ਹੀ ਨਹੀਂ ਕਰ ਪਾ ਰਹੀ, ਉਹਨਾਂ ਤੱਕ ਲਿਜਾ ਹੀ ਨਹੀਂ ਰਹੀ, ਤਾਂ ਇਹਦਾ ਮਤਲਬ ਇਹ ਹੋਇਆ ਕਿ ਮੈਂ ਇੱਕ ਅੱਛੀ ਵਕਤਾ ਨਹੀਂ ਹੈਗੀ। ਉਹਦੇ ਅੱਛੇ ਵਕਤਾ ਹੋਣ ਦੇ ਲਈ ਉਸ ਆਪਣੀ ਆਡੀਅੰਸ ਤੱਕ ਉਸ ਕੰਟੈਂਟ ਨੂੰ, ਉਸ ਮਟੀਰੀਅਲ ਨੂੰ ਪਹੁੰਚਾਉਣ ਦੇ ਲਈ ਜ਼ਰੂਰੀ ਹੈ ਕਿ ਉਹਨਾਂ ਦੀ ਸਮਝ ਦਾ ਲੈਵਲ ਸਮਝਿਆ ਜਾਏ, ਆਪਣੀ ਸਮਝ ਨੂੰ ਉਹਨਾਂ ਦੀ ਲੈਵਲ ਤੱਕ ਲਿਜਾਇਆ ਜਾਏ। ਇਹ ਨਹੀਂ ਆ ਕਿ ਮੇਰੀ ਸਮਝ ਜੇ ਜ਼ਿਆਦਾ ਆ ਤਾਂ ਮੈਂ ਆਪਣੀ ਸਮਝ ਉਹਨਾਂ 'ਤੇ ਥੁੱਪਾਂ, ਨਹੀਂ, ਉਹਨਾਂ ਦੇ ਨਾਲ ਇੰਟਰੈਕਸ਼ਨ ਇਸ ਤਰੀਕੇ ਦੀ ਨਾ ਹੋਣੀ ਚਾਹੀਦੀ ਆ ਕਿ ਮੈਨੂੰ ਉਹਨਾਂ ਦੀ ਸਮਝ ਆ ਸਕੇ ਕਿ ਉਹਨਾਂ ਦੀ ਸਮਝ ਕਿਸ ਗੱਲ ਨੂੰ ਪਕੜਦੀ ਹੈ, ਕਿਸ ਗੱਲ ਨੂੰ ਪਕੜ ਕੇ ਉਹਨਾਂ ਦੀ ਸਮਝ ਨੇ ਇਸ ਕੰਟੈਂਟ ਨੂੰ ਸਮਝਣਾ। ਦੂਸਰੀ ਗੱਲ ਹੈ ਕਿ ਜਿਹੜਾ ਵੀ ਸਪੀਕਿੰਗ ਹੈਗੀ ਆ, ਜਿਹੜਾ ਵੀ ਲੈਕਚਰ ਹੈ, ਤਾਂ ਉਹ ਬਹੁਤ ਇੰਟਰੈਕਟਿਵ ਹੋਣਾ ਚਾਹੀਦਾ। ਇਹ ਨਹੀਂ ਕਿ ਮੈਂ ਸਿਰਫ ਬੋਲ ਰਹੀ ਹਾਂ ਅਤੇ ਮੈਂ ਆਪਣਾ ਲੈਕਚਰ ਡਿਲੀਵਰ ਕਰਕੇ ਚਲੀ ਗਈ। ਮੈਨੂੰ ਵੀ ਇਹ ਪਤਾ ਹੋਣਾ ਚਾਹੀਦਾ ਕਿ ਮੇਰੀ ਜਿਹੜਾ ਬੋਲਿਆ ਹੋਇਆ ਉਹ ਲੋਕਾਂ ਤੱਕ, ਆਡੀਅੰਸ ਤੱਕ ਪਹੁੰਚ ਰਿਹਾ ਕਿ ਨਹੀਂ ਪਹੁੰਚ ਰਿਹਾ। ਉਹਦੇ ਲਈ ਮੈਨੂੰ ਉਹਨਾਂ ਦੇ ਨਾਲ ਇੰਟਰੈਕਟ ਕਰਨਾ ਪਏਗਾ, ਉਹਨਾਂ ਦੇ ਨਾਲ ਸਵਾਲ ਜਵਾਬ ਕਰਨਾ ਪਏਗਾ, ਉਹਨਾਂ ਦੀ ਰਿਸਪੌਂਸ ਹੈ ਜਿਹੜੀ ਉਹ ਲੈਣੀ ਪਏਗੀ। ਬਹੁਤ ਸਾਰੀਆਂ ਗੱਲਾਂ ਐਵੇਂ ਦੀਆਂ ਹੁੰਦੀਆਂ ਨੇ, ਡਿਪੈਂਡ ਕਰਦਾ ਟੋਪਿਕ 'ਤੇ, ਜਿਹਦੇ ਵਿੱਚ ਅਸੀਂ ਆਡੀਅੰਸ ਨੂੰ ਇਨਵੋਲਵ ਕਰ ਸਕਦੇ ਹਾਂ। ਕੁਝ ਗੱਲਾਂ ਕੁਝ ਡਾਇਰੈਕਟ ਤਰੀਕਿਆਂ ਦੇ ਨਾਲ ਆਡੀਅੰਸ ਇਨਵੋਲਵ ਹੁੰਦੀ ਹੈ, ਕੁਝ ਇਨਡਾਇਰੈਕਟ ਤਰੀਕਿਆਂ ਦੇ ਨਾਲ, ਬਟ ਉੱਥੇ ਇਹ ਜ਼ਰੂਰੀ ਹੋ ਜਾਂਦਾ ਕਿ ਮੇਰਾ ਕੰਟੈਂਟ ਹੈਗਾ ਜਿਹੜਾ ਉਹ ਆਡੀਅੰਸ ਦੇ ਇੰਟਰਸਟ ਦਾ ਬਣਾਇਆ ਜਾਵੇ। ਅਗਰ ਮੰਨ ਲਓ ਕੋਈ ਟੋਪਿਕ ਅਜਿਹਾ ਹੈ ਜਿਹੜਾ ਕਿ, ਅਗਰ ਮੈਂ ਆਪਣੇ ਸਟੂਡੈਂਟ ਦੀ ਗੱਲ ਕਰਾਂ ਤਾਂ ਬਹੁਤ ਸਟੂਡੈਂਟਸ ਦਾ ਲੈਵਲ ਡਿਫਰੈਂਟ ਹੁੰਦਾ, ਸਾਰੇ ਸਟੂਡੈਂਟਸ ਇੱਕੋ ਲੈਵਲ ਦੇ ਨਹੀਂ ਹੁੰਦੇ, ਕਿਉਂਕਿ ਮੈਂ ਸਟੂਡੈਂਟਸ ਨੂੰ ਇੱਕ ਆਡੀਅੰਸ ਮੰਨ ਕੇ ਜੇ ਚੱਲਦੀ ਹਾਂ, ਤੇ ਉਹਨਾਂ ਦਾ ਲੈਵਲ ਡਿਫਰੈਂਟ ਹੁੰਦਾ ਉਸ ਡਿਫਰੈਂਟ ਲੈਵਲ ਤੱਕ, ਪਰ ਮੈਂ ਲੈਕਚਰ ਇੱਕੋ ਹੀ ਡਿਲੀਵਰ ਕਰਨਾ,
ਟੀਚਰ ਨੇ ਲੈਕਚਰ ਇੱਕੋ ਹੀ ਡਿਲੀਵਰ ਕਰਨਾ ਹੈ, ਉਸ ਇੱਕੋ ਹੀ ਲੈਕਚਰ ਦੇ ਵਿੱਚ ਜਿਹੜੇ ਡਿਫਰੈਂਟ ਲੈਵਲ ਦੇ ਸਟੂਡੈਂਟਸ ਨੇ ਉਹਨਾਂ ਡਿਫਰੈਂਟ ਲੈਵਲਸ ਦੇ ਸਟੂਡੈਂਟਸ ਤੱਕ ਉਹ ਲੈਕਚਰ ਉਨਾ ਹੀ ਇਫੈਕਟਿਵਲੀ ਪਹੁੰਚਣਾ ਚਾਹੀਦਾ ਜਿੰਨਾ ਕਿ ਕੁਝ ਉਹ ਵਾਲੇ ਸਟੂਡੈਂਟਸ ਜਿਨ੍ਹਾਂ ਨੂੰ ਕਿ ਉਹ ਲੈਕਚਰ ਦਾ ਜਿਹੜਾ ਕੰਟੈਂਟ ਹੈ ਉਹ ਈਜ਼ੀਲੀ ਗ੍ਰਾਸਪ ਹੋ ਜਾਂਦਾ ਹੈ ਤੇ ਕੁਝ ਐਵੇਂ ਦੇ ਨੇ ਜਿਨ੍ਹਾਂ ਨੂੰ ਈਜ਼ੀਲੀ ਗ੍ਰਾਸਪ ਨਹੀਂ ਹੁੰਦਾ। ਤਾਂ ਮੇਰਾ ਮੋਟਿਵ ਇਹ ਰਹੂਗਾ ਕਿ ਟੀਚਰ ਦਾ ਮੋਟਿਵ ਇਹ ਰਹੂਗਾ ਕਿ ਉਹ ਉਸ ਲੈਕਚਰ ਨੂੰ ਸਾਰੇ ਸਟੂਡੈਂਟਸ ਤੱਕ ਪਹੁੰਚਾ ਸਕੇ। ਉਹਦੇ ਲਈ ਉਹਨਾਂ ਨੂੰ ਉਸ ਲੈਕਚਰ ਨੂੰ ਇੱਕ ਸਪੀਕਰ ਨੂੰ ਇੱਕ ਟੀਚਰ ਨੂੰ ਉਸ ਲੈਕਚਰ ਨੂੰ ਇੰਟਰਸਟਿੰਗ ਬਣਾਉਣਾ ਪਏਗਾ। ਇੰਟਰਸਟਿੰਗ ਬਣਾਉਣ ਦੇ ਲਈ ਇਹ ਜ਼ਰੂਰੀ ਹੋ ਜਾਂਦਾ ਕਿ ਐਗਜ਼ਾਮਪਲਸ ਉਹ ਲਈਆਂ ਜਾਣ ਜਿਹੜੀਆਂ ਕਿ ਉਹਨਾਂ ਦੀ ਲਾਈਫ ਦੇ ਨਾਲ ਡਾਇਰੈਕਟਲੀ ਰਿਲੇਟਡ ਹੋਣ। ਐਵੇਂ ਦੀ ਐਗਜ਼ਾਮਪਲਸ ਹੋਣ ਜਿਹਦੇ ਵਿੱਚ ਉਹਨਾਂ ਉਸ ਆਡੀਅੰਸ ਦਾ ਇੰਟਰਸਟ ਹੋਏ, ਜਾਂ ਐਵੇਂ ਦੀਆਂ ਐਗਜ਼ਾਮਪਲਸ ਸੈੱਟ ਕਰਕੇ ਜਿਹੜੀਆਂ ਕਿ ਉਹਨਾਂ ਦੀ ਲਾਈਫ ਦੇ ਨਾਲ ਵੀ ਰਿਲੇਟਡ ਹੋਣ, ਤੇ ਉਹ ਕੁਛ ਐਵੇਂ ਦਾ ਹੋਵੇ ਜਿਹੜਾ ਕਿ ਬਹੁਤ ਜ਼ਿਆਦਾ ਨਵਾਂ ਵੀ ਹੋਵੇ, ਮਤਲਬ ਮਿਕਸ ਹੋਵੇ, ਨਵੇਂ ਤੇ ਪੁਰਾਣੇ ਦਾ ਮਿਕਸਚਰ ਹੋਵੇ, ਜਿਹਦੇ ਕਰਕੇ ਜਿਹੜੀ ਆਡੀਅੰਸ ਹੈ ਉਹਦਾ ਹੋਰ ਇੰਟਰਸਟ ਵਧੇ ਕਿ ਇਹਦੇ ਵਿੱਚ ਸਾਨੂੰ ਨਵਾਂ ਕੁਝ ਜਾਣਨ ਨੂੰ ਮਿਲਣ। ਫਿਰ ਅਸੀਂ ਐਗਜ਼ਾਮਪਲਸ ਦੀ ਗੱਲ ਕੀਤੀ, ਪਰ ਜਦੋਂ ਇੱਕ ਸਪੀਕਰ ਹੈਗਾ ਉਹਦੇ ਵਿੱਚ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਉਹਦੇ ਵਿੱਚ ਆਪਣੀ ਜਿਹੜੀ ਮੈਂ ਹੈਗੀ ਉਹ ਨਹੀਂ ਦਿਖਾਈ ਦੇਣੀ ਚਾਹੀਦੀ ਕਿ ਮੈਨੂੰ ਇਹ ਬਹੁਤ ਗਿਆਨ ਹੈ, ਤਾਂ ਜਿਹੜਾ ਆਈ ਹੈਗਾ ਉਹ ਆਪਣੇ ਲੈਕਚਰ ਦੇ ਵਿੱਚ ਨਿਗੇਟ ਕੀਤਾ ਜਾਵੇ ਕਿ ਮੈਂ ਇਸ ਵੇਲੇ ਐਵੇਂ ਕੀਤਾ, ਮੇਰੀਆਂ ਇਹ ਵਾਲੀਆਂ ਅਚੀਵਮੈਂਟਸ ਨੇ। ਆਡੀਅੰਸ ਨੇ ਤੁਹਾਡੀਆਂ ਅਚੀਵਮੈਂਟਸ ਤੋਂ ਕੁਛ ਨਹੀਂ ਲੈਣਾ ਹੁੰਦਾ, ਉਹਨਾਂ ਨੂੰ ਉਹ ਜਿਹੜਾ ਡਿਫਾਈਨਡ ਥੀਮ ਹੈ ਉਹਦੇ ਨਾਲ ਰਿਲੇਟਡ ਮਟੀਰੀਅਲ ਚਾਹੀਦਾ ਹੁੰਦਾ ਕਿ ਉਹ ਤੁਸੀਂ ਉਸ ਵਿਸ਼ੇ ਤੇ ਬੋਲ ਰਹੇ ਹੋ ਜਾਂ ਉਸ ਵਿਸ਼ੇ ਤੋਂ ਭਟਕ ਰਹੇ ਹੋ। ਕਿਉਂਕਿ ਜਦੋਂ ਕੋਈ ਵੀ ਸਪੀਕਰ ਆਪਣੇ ਬਾਰੇ ਚ ਦੱਸਣ ਲੱਗ ਜਾਂਦਾ ਤਾਂ ਇਹਦਾ ਮਤਲਬ ਆਡੀਅੰਸ ਤੇ ਸਮਝ ਜਾਂਦੀ ਹੈ ਕਿ ਇਹਦੇ ਕੋਲ ਉਸ ਵਿਸ਼ੇ ਤੇ ਬੋਲਣ ਲਈ ਕੁਛ ਨਹੀਂ ਹੈਗਾ, ਇਹਦੇ ਕੋਲ ਸਿਰਫ ਆਪਣੇ ਬਾਰੇ ਬੋਲਣ ਲਈ ਸਭ ਕੁਛ ਹੈ। ਤਾਂ ਸਭ ਤੋਂ ਪਹਿਲਾਂ ਇਸ ਚੀਜ਼ ਨੂੰ ਅਵੋਇਡ ਕਰਨਾ ਚਾਹੀਦਾ ਕਿ ਮੈਂ ਆਪਣੇ ਬਾਰੇ ਚ ਲੈਕਚਰ ਨਾ ਦੇ ਕੇ ਉਸ ਥੀਮ ਦੇ ਉੱਪਰ ਧਿਆਨ ਦੇਵਾਂ ਕਿ ਇਹ ਥੀਮ ਕੀ ਆ, ਔਰ ਇਸ ਥੀਮ ਨੂੰ ਮੈਂ ਆਪਣੇ ਜਿਹੜੇ ਸਰੋਤੇ ਨੇ, ਦਰਸ਼ਕ ਨੇ, ਆਡੀਅੰਸ ਹੈ, ਉਹਦੇ ਤੱਕ ਸਹੀ ਤਰੀਕੇ ਦੇ ਨਾਲ ਕਿਵੇਂ ਪਹੁੰਚਾ ਸਕਦਾ। ਤੋ ਇਹ ਕੁਛ ਨੁਕਤੇ ਹੈਗੇ ਜਿਹੜੇ ਕਿ ਜ਼ਿਹਨ ਚ ਰੱਖਣੇ ਚਾਹੀਦੇ ਆ ਕਿ ਬੋਲਣ ਵਾਲੇ ਹੋਰ ਵੀ ਹੈਗੇ ਆ ਕਾਫੀ। ਤੋ ਮੈਂ ਆਪਣਾ ਜਿਹੜਾ ਲੈਕਚਰ ਹੈਗਾ ਉਹਨੂੰ ਇੱਥੇ ਰੋਕਣਾ ਚਾਹੀਦਾ। ਬਟ ਇੱਕ ਚੀਜ਼ ਹੋਰ ਹੈਗੀ ਕਿ ਜਿਵੇਂ ਹਰ ਇੱਕ ਜਿਹੜੀ ਚੀਜ਼ ਹੈ, ਆਬਜੈਕਟ ਹੈ, ਉਹਦੀ ਇੱਕ ਪ੍ਰੋਪਰ ਬਾਡੀ ਹੁੰਦੀ ਹੈ। ਤਾਂ ਮੇਰਾ ਜਿਹੜਾ ਲੈਕਚਰ ਹੈ, ਕਿਸੇ ਦਾ ਵੀ ਲੈਕਚਰ ਹੈ, ਐਜ਼ ਅ ਸਪੀਕਰ, ਹੁਣ ਮੈਂ ਸਪੀਕਰ ਦੇ ਤਰੀਕੇ ਨਾਲ ਗੱਲ ਕਰ ਰਹੀ ਹਾਂ, ਤਾਂ ਉਹਦੀ ਵੀ ਇੱਕ ਪ੍ਰੋਪਰ ਬਾਡੀ ਹੋਣੀ ਚਾਹੀਦੀ ਹੈ। ਬਾਡੀ ਮੀਨਸ ਇੱਕ ਪ੍ਰੋਪਰ ਇੰਟਰੋਡਕਸ਼ਨ, ਇੱਕ ਫਿਰ ਉਸਦਾ ਮੇਨ ਪਾਰਟ ਜਿਹਨੂੰ ਮੇਨਲੀ ਬਾਡੀ ਕਹਿੰਦੇ, ਤੇ ਲਾਸਟ ਦੇ ਵਿੱਚ ਕੰਕਲੂਜਨ। ਜਿਹੜਾ ਇੰਟਰੋਡਕਟਿਵ ਪਾਰਟ ਹੈ ਉਹਦੇ ਵਿੱਚ ਅਸੀਂ ਵੈਲਕਮ ਨੋਟ ਦਿੱਤਾ ਜਾਂ ਫਿਰ ਦੋ ਲਾਈਨਾਂ ਜਿਹੜੀ ਵੀ ਪ੍ਰਧਾਨਗੀ ਮੰਡਲ ਹੈ ਜਾਂ ਜੋ ਵੀ ਉਹਦੇ ਬਾਰੇ ਬੋਲਦੇ ਹੋ, ਕਿਉਂਕਿ ਤੁਹਾਡੀ ਇੰਟਰੋਡਕਸ਼ਨ ਹੈ, ਸਪੀਕਰ ਦੀ ਇੰਟਰੋਡਕਸ਼ਨ ਆਲਰੇਡੀ, ਜਿਹੜਾ ਸਟੇਜ ਸਕੱਤਰ ਹੈ ਜਾਂ ਕੋਈ ਵੀ ਹੈਗਾ ਜਿਹੜਾ ਤੁਹਾਨੂੰ ਸਟੇਜ ਤੇ ਲੈ ਕੇ ਜਾਂਦਾ, ਉਹ ਆਲਰੇਡੀ ਦੇ ਚੁੱਕਿਆ ਹੁੰਦਾ। ਤਾਂ ਆਪਣੀ ਇੰਟਰੋਡਕਸ਼ਨ ਦੇਣ ਦੀ ਜ਼ਰੂਰਤ ਨਹੀਂ ਹੁੰਦੀ ਮੇਰੇ ਹਿਸਾਬ ਦੇ ਨਾਲ, ਉਹ ਉਸ ਇੰਟਰੋਡਕਸ਼ਨ ਨੂੰ ਅਵੋਇਡ ਕਰਨਾ ਚਾਹੀਦਾ। ਸਿੱਧਾ ਫਿਰ ਉਸ ਕੰਟੈਂਟ ਤੱਕ ਪਹੁੰਚਣਾ ਚਾਹੀਦਾ, ਵਿਸ਼ੇ ਦੇ ਕੰਟੈਂਟ ਤੱਕ ਪਹੁੰਚ ਕੇ ਫਿਰ ਉਹਨੂੰ ਸਿਖਰ ਤੇ ਲਿਜਾ ਕੇ, ਕਲਾਈਮੈਕਸ ਤੇ ਲਿਜਾ ਕੇ, ਫਿਰ ਐਂਟੀ ਕਲਾਈਮੈਕਸ ਲਿਜਾ ਕੇ, ਪੀਕ ਤੋਂ ਲਿਜਾ ਕੇ, ਫਿਰ ਨੀਚੇ ਲੈ ਕੇ ਆ ਕੇ, ਫਿਰ ਉਸ ਤੋਂ ਬਾਅਦ ਉਹਨੂੰ ਕੰਕਲੂਡ ਕਰ ਦੇਣਾ ਚਾਹੀਦਾ, ਸਿੱਟੇ ਤੇ ਪਹੁੰਚ ਜਾਣਾ ਚਾਹੀਦਾ ਕਿ ਇਹ ਡਿਸਕਸ਼ਨ ਤੋਂ ਨਤੀਜਾ ਹੈ ਜਿਹੜਾ ਉਹ ਇਹ ਨਿਕਲਿਆ। ਵਿੱਚ ਵਿੱਚ ਆਡੀਅੰਸ ਦੀ ਰਿਸਪੋਂਸ ਹੈ ਜਿਹੜੀ ਉਹ ਜ਼ਰੂਰ ਲੈ ਲੈਣੀ ਚਾਹੀਦੀ ਹੈ ਕਿ ਹਾਂ ਤੁਹਾਨੂੰ ਇਹ ਗੱਲ ਨੂੰ ਸਮਝ ਲੱਗੀ ਕਿ ਨਹੀਂ ਲੱਗੀ। ਆਡੀਅੰਸ ਦੀ ਰਿਸਪੋਂਸ ਹੈ ਜਿਹੜੀ ਉਹ ਆਈ ਕੰਟੈਕਟ ਤੋਂ ਬਹੁਤ ਪਤਾ ਲੱਗ ਜਾਂਦੀ ਹੈ। ਕਦੇ ਵੀ ਨੀਵੇਂ ਪਾ ਕੇ ਗੱਲ ਨਹੀਂ ਕਰਨੀ ਚਾਹੀਦੀ। ਤੁਹਾਡੀ ਜਿਹੜੀ ਆਵਾਜ਼ ਹੈ, ਜਿਹੜੀ ਤੁਹਾਡੀ ਟੋਨ ਹੈਗੀ, ਉਹ ਤੁਹਾਡੇ ਕੰਫੀਡੈਂਸ ਨੂੰ ਐਕਸਪਲੇਨ ਕਰਦੀ ਹੈ। ਔਰ ਆਈ ਕੰਟੈਕਟ ਹੈ ਜਿਹੜਾ ਆਡੀਅੰਸ ਦੇ ਨਾਲ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਜਿੰਨੀ ਦੇਰ ਤੱਕ ਸਾਡਾ ਆਡੀਅੰਸ ਦੇ ਨਾਲ ਆਈ ਕੰਟੈਕਟ ਨਹੀਂ ਹੁੰਦਾ, ਉਨੀ ਦੇਰ ਤੱਕ ਅਸੀਂ ਸਮਝ ਨਹੀਂ ਸਕਦੇ ਇਸ ਚੀਜ਼ ਨੂੰ ਕਿ ਆਡੀਅੰਸ ਨੂੰ ਮੇਰਾ ਬੋਲਿਆ ਹੋਇਆ ਇੰਟਰਸਟਿੰਗ ਲੱਗ ਰਿਹਾ ਹੈ ਕਿ ਨਹੀਂ ਲੱਗ ਰਿਹਾ, ਉਹ ਇਸ ਚੀਜ਼ ਨੂੰ ਸਮਝ ਰਹੇ ਨੇ ਕਿ ਨਹੀਂ ਸਮਝ ਰਹੇ। ਤੋ ਇਹ ਜ਼ਰੂਰੀ ਹੈ ਕਿ ਆਈ ਕੰਟੈਕਟ ਹੋਵੇ। ਜਿਹੜਾ ਆਈ ਕੰਟੈਕਟ ਹੈ ਉਹ ਸਾਨੂੰ ਬਹੁਤ ਕੁਛ ਐਕਸਪਲੇਨ ਕਰਦਾ। ਉਸ ਤੋਂ ਬਿਨਾਂ ਸਾਡੇ ਜਿਹੜੇ ਜੈਸਚਰਸ ਨੇ ਉਹ ਵੀ ਅਕੋਰਡਿੰਗ ਟੂ ਦਾ ਕੰਟੈਂਟ ਹੋਣੇ ਚਾਹੀਦੇ ਆ, ਕਿਉਂਕਿ ਜਿਹੜਾ ਜੋ ਕੁਛ ਅਸੀਂ ਬੋਲ ਰਹੇ ਹਾਂ ਉਹ ਸਾਡੀ ਜਿਹੜੀ ਬਾਡੀ ਲੈਂਗੁਏਜ ਹੈ ਉਹ ਵੀ ਅਕੋਰਡਿੰਗ ਟੂ ਉਸ
ਕੰਟੈਂਟ ਉਸ ਵਿਸ਼ੇ ਦੇ ਹਿਸਾਬ ਦੇ ਵਿਸ਼ੇ ਦੇ ਵਿੱਚ ਜੋ ਵੀ ਕੁਝ ਬੋਲਿਆ ਜਾ ਰਿਹਾ ਉਹਦੇ ਹਿਸਾਬ ਦੇ ਨਾਲ ਹੀ ਬਾਡੀ ਲੈਂਗੁਏਜ ਹੋਣੀ ਚਾਹੀਦੀ ਆ। ਕਿਉਂਕਿ ਜਦੋਂ ਅਸੀਂ ਸਟੇਜ ਤੇ ਜਾ ਕੇ ਬੋਲਣ ਲੱਗਦੇ ਹਾਂ, ਅਗਰ ਅਸੀਂ ਕੌਨਫੀਡੈਂਟਲੀ ਖੜਦੇ ਹਾਂ, ਕੌਨਫੀਡੈਂਟਲੀ ਫੇਸ ਕਰ ਰਹੇ ਹਾਂ ਆਪਣੀ ਆਡੀਅੰਸ ਨੂੰ, ਤੇ ਸਾਡੇ 'ਚ ਜੋ ਕੌਨਫੀਡੈਂਸ ਹੋਊਗਾ ਉਹ ਸਾਡੀ ਆਵਾਜ਼ 'ਚ ਵੀ ਕੌਨਫੀਡੈਂਸ ਹੋਊਗਾ। ਸਾਡੇ ਜਿਹੜੇ ਹੱਥਾਂ ਦੇ ਜੈਸਚਰਸ ਨੇ, ਫੇਸ ਦੇ ਜੈਸਚਰਸ ਨੇ, ਫੇਸ ਫੇਸ਼ੀਅਲ ਐਕਸਪ੍ਰੈਸ਼ਨਸ ਨੇ, ਜਿਹੜੇ ਆਈਜ਼ ਦੇ ਐਕਸਪ੍ਰੈਸ਼ਨਸ ਨੇ, ਉਹ ਸਾਰੇ ਦੇ ਸਾਰੇ ਸਾਡੇ ਕੰਟੈਂਟ ਨੂੰ ਹੋਰ ਜ਼ਿਆਦਾ ਇਫੈਕਟਿਵ ਤਰੀਕੇ ਦੇ ਨਾਲ ਆਡੀਅੰਸ ਤੱਕ ਪਹੁੰਚਾਉਣ 'ਚ ਸਾਡੀ ਹੈਲਪ ਕਰਦੇ। ਇਸ ਕਰਕੇ ਕਿਉਂਕਿ ਜਿਹੜੇ ਜੈਸਚਰਸ ਨੇ ਉਹ ਵੀ ਇੱਕ ਅਜਿਹੀ ਭਾਸ਼ਾ ਹੈ ਜਿਹੜੀ ਕਿ ਬੋਲਣ ਤੋਂ ਬਿਨਾਂ ਹੀ ਬਹੁਤ ਕੁਛ ਬਿਆਨ ਕਰ ਦਿੰਦੀ ਹੈ। ਜਿਵੇਂ ਹੁਣ ਜਿਹੜੇ ਗੂੰਗੇ ਹੈਗੇ ਆ ਜਾਂ ਬਦਰ ਨੇ, ਉਹ ਬੋਲ ਨਹੀਂ ਸਕਦੇ, ਸੁਣ ਵੀ ਨਹੀਂ ਸਕਦੇ, ਬਟ ਉੱਥੇ ਜਿਹੜੀ ਉਹ ਲੈਂਗੁਏਜ ਹੈ, ਬਟ ਉਹ ਆਪਣੇ ਜਿਹੜੇ ਮਨ ਦੇ ਭਾਵ ਨੇ ਉਹ ਕਿਸੇ ਤਰੀਕੇ ਦੇ ਨਾਲ ਤਾਂ ਦੂਸਰਿਆਂ ਤੱਕ ਪਹੁੰਚਾਉਂਦੇ ਨੇ। ਤਾਂ ਉਹ ਜਿਹੜਾ ਤਰੀਕਾ ਹੈਗਾ ਉਹ ਜੈਸਚਰਸ ਦਾ ਤਰੀਕਾ, ਪਰ ਸਾਡੇ ਕੋਲ ਜਿਹੜੇ ਲੋਕ ਬੋਲ ਸਕਦੇ ਆ ਇਹ ਦੋਨੋਂ ਤਰੀਕੇ ਹੁੰਦੇ ਆ, ਇੱਕ ਬੋਲਣ ਦਾ ਤੇ ਬੋਲਣ ਦੇ ਨਾਲ ਨਾਲ ਜਿਹੜੇ ਸਾਡੇ ਜੈਸਚਰਸ ਨੇ ਉਹ ਵੀ ਉਸ ਦੇ ਨਾਲ ਬਿਲਕੁਲ ਮੈਚ ਕਰਦੇ ਹੋਣੇ ਚਾਹੀਦੇ ਨੇ। ਇਹ ਨਾ ਹੋਵੇ ਕਿ ਜੈਸਚਰ ਸਾਡੇ ਹੋਰ ਕੁਛ ਐਕਸਪਲੇਨ ਕਰ ਰਹੇ ਤੇ ਸਾਡਾ ਜਿਹੜਾ ਬੋਲਿਆ ਹੋਇਆ ਉਹ ਕੁਛ ਹੋਰ ਐਕਸਪਲੇਨ ਕਰ ਰਿਹਾ। ਸੋ ਇੰਨਾ ਮੇਰੇ ਮਨ 'ਚ ਸੀ ਜਿਹੜਾ ਮੈਂ ਕਹਿਣਾ ਚਾਹੁੰਦੀ ਸੀ, ਇੱਥੇ ਸਭ ਨਾਲ ਸ਼ੇਅਰ ਕਰਨਾ ਚਾਹੁੰਦੀ ਸੀ। ਥੈਂਕ ਯੂ ਸੋ ਮਚ ਮੈਨੂੰ ਬੋਲਣ ਦੇ ਲਈ ਮੌਕਾ ਦੇਣ ਦੇ ਲਈ।